ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬ ਦੀ ਅਤੇ NY24 ਚੈਨਲ। ਦੋਸਤੋ, ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਕਿਸਾਨੀ ਸੰਘਰਸ਼ ਵਿੱਚ ਕਿਸਾਨਾਂ ਵੱਲੋਂ ਕਿਸਾਨਾਂ ਲਈ ਸਮੱਗਰੀ ਮੁਹੱਈਆ ਕੀਤੀ ਜਾ ਰਹੀ ਹੈ, ਇਸੇ ਹੀ ਲੜੀ ਦੇ ਚੱਲਦਿਆਂ ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਦੁਸਾਂਝ ਦੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਖਾਣ ਪੀਣ ਦੀ ਸਮੱਗਰੀ ਇਕੱਠੀ ਕੀਤੀ ਹੈ ਅਤੇ ਅੱਜ ਹੀ ਆਪਣੇ ਟਰੈਕਟਰਾਂ ਰਾਹੀਂ ਸਮੱਗਰੀ ਲੈ ਕੇ ਦਿੱਲੀ ਸੰਘੂ ਬਾਰਡਰ ਲਈ ਰਵਾਨਾ ਹੋਏ ਹਨ। ਆਓ ਜਾਣਦੇ ਹਾਂ ਕਿ ਪਿੰਡ ਦੇ ਸਾਬਕਾ ਸਰਪੰਚ ਗੁਰਚਰਨ ਸਿੰਘ ਗੋਗੀ ਦਾ ਕੀ ਕਹਿਣਾ ਹੈ। ਬਾਈ ਜੀ, ਸਾਡੇ ਪਿੰਡ ਨਗਰ ਦਸਾਂਝ ਤੋਂ ਸਮੂਹ ਨਗਰ ਦਸਾਂਝ ਅਤੇ ਤਲਵੰਡੀ ਭਗੇਰੀਆਂ ਦੇ ਸਹਿਯੋਗ ਨਾਲ ਦਿੱਲੀ ਧਰਨੇ 'ਤੇ ਅਸੀਂ ਰਾਸ਼ਨ ਲੈ ਕੇ ਜਾ ਰਹੇ ਹਾਂ। ਪਿੰਡੋਂ ਪੂਰਾ ਜੱਥਾ ਵੀ ਜਾ ਰਿਹਾ ਅਤੇ ਧਰਨੇ ਲਈ ਰਵਾਨਗੀ ਲਈ ਇਸ ਟਾਈਮ ਜਮ੍ਹਾਂ ਤਿਆਰ ਹਾਂ ਜੀ। ਪੂਰਾ ਜੱਥਾ ਹੀ ਹੈ ਜੀ ਸਾਡਾ ਹੈਗੇ। ਹਾਂ ਜੀ, ਸਮੱਗਰੀ ਆਟਾ, ਦਾਲ, ਚੌਲਾਂ, ਘਿਓ, ਖੰਡ, ਚਾਰ, ਚਾਹ ਪੱਤੀ, ਸਾਰਾ ਸਮਾਨ ਜੀ ਦੋ ਨਗਰਾਂ 'ਚੋਂ ਇਕੱਠਾ ਕੀਤਾ। ਤਕਰੀਬਨ 70-80 ਕੁਇੰਟਲ ਮਾਲ ਆ ਸਾਰਾ ਜਿਹੜਾ ਅਸੀਂ ਉੱਤੇ ਧਰਨੇ ਲੈ ਕੇ ਚੱਲੇ ਹਾਂ। ਇਹ ਸੰਘਰਸ਼ ਦਿਨੋਂ ਦਿਨ ਤੇਜ਼ ਹੋਊਗਾ। ਜੱਟਾਂ ਦੇ ਵਿੱਚ ਯੋਧੇ ਹੋਏ ਆ ਸਾਰੇ ਹੁਣ ਤੱਕ, ਅਤੇ ਸਾਡਾ ਗੁਰੂ ਹੋਇਆ ਧੰਨਾ, ਧੰਨੇ ਭਗਤ ਨੇ ਪੱਥਰ 'ਚੋਂ ਰੱਬ ਕੱਢ ਲਿਆ ਸੀ, ਅਤੇ ਅਸੀਂ ਤਾਂ ਮਾੜੇ ਮੋਦੀ 'ਚੋਂ ਚੰਗਾ ਮੋਦੀ ਹੋਈ ਕੱਢਣਾ, ਕੋਈ ਦਿੱਕਤ ਨਹੀਂ। ਜੇ ਉਹ ਅੜੀ ਵਾਲਾ ਤਾਂ ਆਪਣੀ ਸਿਸਟਮ ਸਾਰਾ ਉਹਦੇ ਬਰਾਬਰ ਹੀ ਆ, ਮਾਲਕ ਮਿਹਰ ਕਰੂਗਾ ਜਿੰਨਾ ਚਿਰ ਉਹ ਫੈਸਲਾ ਨਹੀਂ ਕਿਸਾਨਾਂ ਦੇ ਹੱਕ 'ਚ ਦਿੰਦਾ, ਧਰਨਾ ਜਾਰੀ ਰਹੂਗਾ।